ਜਿਹੜੀ ਇਹਨਾਂ ਲੁੱਕ ਹਲੇ ਉਹ ਮਿੱਟੀ ਕਾਫੀ ਸਾਰੀ ਪਈ ਹੋਈ ਹੈ ਮੇਰੇ ਖਿਆਲ ਇੱਥੇ ਪਈ ਰਹਿਣ ਦੇਣਗੇ ਇਹਨਾਂ ਨੂੰ ਚੁੱਕਣਗੇ ਨਾ ਵੀ ਇਹਨਾਂ ਨੂੰ ਚੁੱਕਣ ਦੀ ਜ਼ਰੂਰਤ ਕੋਈ ਇਹਨਾਂ 5-7 ਦਿਨ ਰਹਿਣਾ ਅਤੇ ਇਹ ਉਹਨਾਂ ਦੀ ਮਿੱਟੀ ਮਤਲਬ ਪਈ ਰਹਿ ਗਈ ਹੈ ਇਹਨਾਂ ਥੋੜ੍ਹਾ ਬਹੁਤ ਜਿਹੜਾ ਸਾਫ਼ ਸਫਾਈ ਕਰਕੇ 2-4 ਦਿਨ ਕੱਢਣੇ ਨੇ ਸਰਕਾਰੀ ਪੀਕ ਇਹਨਾਂ ਦੇ ਫਿਰ ਉੱਥੇ ਨਿਕਲਣੇ ਆ ਔਰ ਲੋਕੇਸ਼ਨ 'ਤੇ ਪਹੁੰਚਣੇ ਆ ਔਰ ਫਿਰ ਤੁਹਾਨੂੰ ਜਿਹੜਾ ਨਾ ਦੱਸਣੇ ਆ ਕਿ ਅਸੀਂ ਆਦਮੀ ਜਾਂਦੇ ਕਿਹਦੇ ਕੋਲ ਪਏ ਹਾਂ ਔਰ ਕਿਉਂ ਜਾਂਦੇ ਪਏ ਨਾਲ ਇਹ ਵੀ ਦੱਸਾਂਗੇ ਨਹੀਂ ਨਹੀਂ ਰੋਣ ਦੀ ਕੋਈ ਨੀ ਲੋੜ ਹੈਗੀ ਅੱਲਾ ਖੈਰ ਕਰੇਗਾ ਮਿਹਨਤੀ ਜਿਹੜਾ ਬੰਦਾ ਹੈ ਨਾ ਉਹ ਨਹੀਂ ਮਾਰ ਖਾਂਦਾ ਇਨਸ਼ਾਅੱਲਾ ਆ ਲਓ ਜੀ ਦੇਵਾਂ ਨਾਲ ਸਾਰੀਆਂ ਸੁਣੀਆਂ ਚੜ੍ਹ ਦੇਵਾਂ ਬੱਚਿਆਂ ਨੇ ਜੰਗਲੇ ਤੇ ਬਹਿ ਕੇ ਰੋਟੀ ਖਾਣੀ ਸ਼ੁਰੂ ਕੀਤੀ ਹੋਈ ਕੰਮ ਵੇਖੋ ਇਹਨਾਂ ਦੇ ਚਲੋ ਜਲਦੀ ਖਾਓ ਟਾਈਮ ਕਿਆ ਹੋਇਆ ਤਕਰੀਬਨ ਹੋ ਗਿਆ ਨਾ ਜਲਦੀ ਕਰੋ ਫਿਰ ਨਾਸ਼ਤਾ ਜਲਦੀ ਕਰੋ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਪਰਵਰਦਿਗਾਰ ਦੀਆਂ ਰਹਿਮਤਾਂ ਬਰਕਤਾਂ ਤੇ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ ਬੱਚੇ ਨੇ ਸਕੂਲ ਦਾ ਟਾਈਮ ਹੋ ਗਿਆ ਮਹਿਮਾਨ ਸਾਡੇ ਜਿਹੜੇ ਨਾ ਉਹ ਹਾਲੇ ਤੀਕਰ ਕੁਝ ਸੁੱਤੇ ਪਏ ਨੇ ਕੁਝ ਜਾਗਦੇ ਨੇ ਮਹਿਮਾਨਾਂ ਦਾ ਨਾਸ਼ਤਾ ਜਿਹੜਾ ਨਾ ਉਹ ਥੋੜ੍ਹੀ ਦੇਰ ਬਾਅਦ ਬਣਾਵਾਂਗੇ ਲੇਕਿਨ ਬੱਚੇ ਨੂੰ ਨਾਸ਼ਤਾ ਬਣਾ ਕੇ ਪਹਿਲੇ ਦਿੰਦੇ ਪਏ ਵੀ ਇਹ ਆਪਣਾ ਸਕੂਲ ਦਾ ਟਾਈਮ ਜਿਹੜਾ ਨਾ ਸਕੂਲ ਪਹੁੰਚ ਜਾਣ ਇਹ ਕੁਰਸੀਆਂ ਵਗੈਰਾ ਪਈਆਂ ਨੇ ਰਾਤੀ ਅਸੀਂ ਤਕਰੀਬਨ ਨਾ 1-2 ਵਜੇ 3 ਵਜੇ ਤੀਕਰ ਜਿਹੜਾ ਨਾ ਸਾਰੇ ਬੈਠੇ ਜਾਗਦੇ ਜੁਗਦੇ ਰਹੇ ਗੱਪਾਂ ਛੱਪਾਂ ਕਰਦੇ ਰਹੇ ਅਤੇ ਨੀਂਦਰ ਜਿਹੜੀ ਹੈ ਨਾ ਬਹੁਤ ਜ਼ਿਆਦਾ ਆ ਰਹੀ ਸੁਬਹ ਸੁਬਹ ਉੱਠਣ 'ਤੇ ਦਿਲ ਨਹੀਂ ਸੀ ਕਰਦਾ ਪਿਆ ਅੱਖਾਂ ਜਿਹੜੀਆਂ ਨਾ ਖੁੱਲਦੀਆਂ ਨਹੀਂ ਸੀ ਪਈਆਂ ਮੈਂ ਲੇਟ ਵਲੋਗ ਵੀ ਇਸ ਵਿੱਚ ਸ਼ੁਰੂ ਕੀਤਾ ਜਾਗਿਆ ਤਾਂ ਮੈਂ ਕਾਫੀ ਦੇਰ ਦਾ ਹੋਇਆ ਲੇਕਿਨ ਨਾ ਗਲੇ 'ਚੋਂ ਆਵਾਜ਼ ਨਿਕਲਦੀ ਪਈ ਸੀ ਔਰ ਨਾ ਹੀ ਅੱਖਾਂ ਸਹੀ ਤਰ੍ਹਾਂ ਖੁੱਲਦੀਆਂ ਪਈਆਂ ਸਨ ਅਤੇ ਹੁਣ ਥੋੜ੍ਹੀ ਜਿਹੀ ਜਿਹੜੀ ਨਾ ਅੱਖਾਂ ਨੂੰ ਖੁੱਲਣੀਆਂ ਸ਼ੁਰੂ ਹੋਈਆਂ ਅਤੇ ਮੈਂ ਕਿਹਾ ਚੱਲ ਵਲੋਗ ਵੀ ਸ਼ੁਰੂ ਕਰਨੇ ਔਰ ਨਾਲ ਨਾਲ ਜਿਹੜੀ ਨਾ ਰੂਟੀਨ ਵੀ ਦੱਸਣੇ ਮਹਿਮਾਨ ਸਾਡੇ ਮਾਸ਼ਾਅੱਲਾ ਜੀ ਸੁੱਤੇ ਹੋਏ ਨੇ ਉੱਠਦੇ ਨੇ ਤਾਂ ਉਹਨਾਂ ਦਾ ਮੈਂ ਨਾਸ਼ਤਾ ਨੁਸ਼ਤਾ ਬਣਾਉਂਦੇ ਹਾਂ ਬੁਲਾ ਕਰ ਲਾਓ ਬਿਲਾਲ ਔਰ ਰਾਜ਼ਾ ਕੋ ਬੁਲਾ ਕਰ ਲਾਓ ਉਹਨਾਂ ਕੋ ਬੋਲੋ ਨਾ ਪਾਪਾ ਬੁਲਾ ਰਹੇ ਜਾਓ ਆ ਰਹੇ ਬੈਗ ਉਠਾ ਕੇ ਯਾਰ ਮੇਰੀ ਬਾਤ ਸੁਣ ਲਓ ਮੈਂ ਆਪਕੋ ਨਹੀਂ ਛੋੜ ਕੇ ਜਾਤਾ ਆਪ ਬੁਲਾ ਕੇ ਲੈ ਆਓ ਮੈਂ ਸਾਧ ਮਾਰਿਆ ਨਹੀਂ ਆਇਆ ਚਲੋ ਆ ਜਾਤੇ ਹੈ ਪੈਸੇ ਨਾ ਬੈਗ ਮੈਂ ਕਿਸੇ ਜਗ੍ਹਾ ਪੇ ਡਾਲ ਲਓ ਜਾਂ ਕਿਸੇ ਕੋ ਦੇ ਦਿਓ ਮੁਝੇ ਦੇ ਦਿਓ ਲੈ ਲੈਣਾ ਵਾਪਸ ਜਿਤਨੇ ਆਪਕੋ ਚਾਹੀਏ ਉਹ ਰੱਖ ਲਓ ਬਾਕੀ ਮੁਝੇ ਦੇ ਦਿਓ ਆ ਜਾਓ ਬੇਟਾ ਆਪ ਬੈਠੋ ਇੱਧਰ ਵੈਰੀ ਗੁੱਡ ਵਾਓ ਜਬ ਘਰ ਆਓਗੀ ਨਾ ਤੂੰ ਲੈ ਲੈਣਾ 50 ਰੁਪਏ ਠੀਕ ਹੈ ਸਕੂਲ ਮੈਂ ਆਪ ਗੁੰਮ ਕਰਾ ਦੋਗੇ 10 ਹੀ ਲਓਗੇ ਬਸ ਅੱਛਾ ਜੀ ਇਹ ਲਓ 10 10 10 ਤੂੰ ਇਹ ਲਓ ਲਓ ਇਹ ਮੇਰੀ ਤਰਫ ਤੋਂ ਲੈ ਲਓ ਅਬ ਆਪਕਾ ਮੇਰੇ ਪਾਸ 80 ਰੁਪਏ ਠੀਕ ਹੈ ਅਲਹਮਦੁਲਿਲਾ ਜੀ ਬੱਚਿਆਂ ਨੂੰ ਸਕੂਲ ਛੱਡ ਕੇ ਨਾ ਵਾਪਸ ਆ ਚੁੱਕਿਆ ਹੋਇਆ ਔਰ ਮਹਿਮਾਨਾਂ ਵਾਸਤੇ ਬਣਾਇਆ ਨੇ ਜੀ ਆਲੂ ਅੰਡਾ ਔਰ ਨਾਲ ਬਣਾਉਂਦੇ ਪਏ ਦੇ ਦੀ ਲੱਸੀ ਵੈਲਕਮ ਹੋ ਗਿਆ ਜੀ ਸਰਪ੍ਰਾਈਜ਼ ਆਇਆ ਸੀ ਲੇਕਿਨ ਨਾ ਸਰਪ੍ਰਾਈਜ਼ ਮੇਰਾ ਰਸਤੇ 'ਚ ਹੀ ਟੁੱਟ ਗਿਆ ਵਾ ਮੈਂ ਜਿੱਥੇ ਜਾ ਰਿਹਾ ਨਾ ਉਹ ਵੀ ਇੱਕ ਸਰਪ੍ਰਾਈਜ਼ ਆ ਕਾਫੀ ਸਾਰੇ ਸਾਡੇ ਜਿਹੜੇ ਨਾ ਜੀ ਭੈਣ ਭਾਈ ਪੁੱਛਦੇ ਪਿਆ ਹਨ ਕਿ ਸਭ ਦਰ ਬਈ ਨਾ ਤਾਂ ਤੁਹਾਡੇ ਕੋਲ ਕੋਈ ਯੂਟਿਊਬਰ ਆਉਂਦਾ ਪਿਆ ਨਾ ਤੁਸੀਂ ਕਿਸੇ ਯੂਟਿਊਬਰ ਕੋਲ ਜਾਂਦੇ ਪਏ ਹੋ ਕੀ ਮਸਲਾ ਹੈ ਸਾਰੇ ਤੁਹਾਨੂੰ ਛੱਡ ਗਏ ਨੇ ਕੀ ਮਤਲਬ ਕੋਈ ਲੜਾਈ ਝਗੜਾ ਹੋ ਗਿਆ ਕੀ ਮਸਲਾ ਕੀ ਆ ਮੈਂ ਨਾ ਕੋਈ ਨਹੀਂ ਸਾਡਾ ਖਾਸ ਜਵਾਬ ਦੇ ਰਿਹਾ ਕਿ ਮੈਨੂੰ ਪਤਾ ਸੀ ਨਾ ਵੀ ਕੀ ਮਸਲਾ ਵਾ ਮਸਰੂਫ ਯਾ ਅਤੇ
ਮਜਬੂਰੀਆਂ ਨੇ, ਨਹੀਂ ਨਿਕਲ ਹੋ ਸਕਦਾ, ਨਾ ਮੇਰਾ ਕਿਤੇ ਜਾਣ 'ਤੇ ਨਿਕਲ ਹੁੰਦਾ ਪਿਆ ਸੀ ਔਰ ਨਾ ਹੀ ਦੂਸਰਿਆਂ ਦਾ ਮੇਰੇ ਲਿਆਉਣ 'ਤੇ ਹੋ ਰਿਹਾ ਸੀ। ਫਿਲਹਾਲ ਇਸ ਟਾਈਮ ਅਸੀਂ ਖਲੋਤੇ ਹਾਂ ਜੀ ਦੀਪਾਲਪੁਰ ਦੀ ਸਰਜ਼ਮੀਨ 'ਤੇ ਔਰ ਤਕਰੀਬਨ ਨਾਸ਼ਤਾ ਨੁਸ਼ਤਾ ਕਰਕੇ ਅਸੀਂ ਨਿਕਲ ਆਏ ਸੀ ਔਰ 50 ਕਿਲੋਮੀਟਰ ਸਫ਼ਰ ਵੀ ਅਸੀਂ ਕਰ ਲਿਆ ਹੋਇਆ। ਹੁਣ ਅਸੀਂ ਇੱਕ ਨਾ ਸਰਦਾਈ ਵਾਲੀ ਇਹ ਆਪਣਾ ਸ਼ੌਪ 'ਤੇ ਰੁਕੇ ਹਾਂ ਜੀ, ਇੱਥੋਂ ਪੀਂਦੇ ਹਾਂ ਸਰਦਾਈ ਔਰ ਉਸ ਤੋਂ ਬਾਅਦ ਫਿਰ ਜਿਹੜਾ ਨਾ ਅੱਗੇ ਨਿਕਲਣੇ ਹਾਂ। ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰਦਾ ਕਿਉਂਕਿ ਰੋਡ ਇੰਨਾ ਚੱਲਦਾ ਪਿਆ ਔਰ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ, ਬੱਸਾਂ, ਗੱਡੀਆਂ ਦਾ, ਮੋਟਰਸਾਈਕਲਾਂ ਦਾ, ਗੱਲ ਜਿਹੜੀ ਹੈ ਨਾ ਸਹੀ ਹੁੰਦੀ ਨਹੀਂ ਪਈ। ਸਰਦਾਈ ਅਗਰ ਪੀਂਦੇ ਤਾਂ ਸੋਭੀ ਸਮੇਲਾ ਮਿਲ ਕੇ ਪੀਂਦੇ ਹਾਂ, ਜਿੰਨੀ ਤਾਂ ਫਿਰ ਵੱਡਾ ਸਾਰਾ ਮੱਘਾ ਜਿਹੜਾ ਨਾ ਇਹ ਪੀਂਦੇ ਹਾਂ। ਸਰਦਾਈ ਪੀ ਕੇ ਨਾ ਤਾਂ ਫਿਰ ਉੱਥੇ ਨਿਕਲਦੇ ਹਾਂ ਔਰ ਲੋਕੇਸ਼ਨ 'ਤੇ ਪਹੁੰਚਦੇ ਹਾਂ ਔਰ ਫਿਰ ਤੁਹਾਨੂੰ ਜਿਹੜਾ ਨਾ ਦੱਸਣੇ ਹੈਗੇ ਅਸੀਂ ਅੱਜ ਜਾਂਦੇ ਕਿਹਦੇ ਕੋਲ ਪਏ ਹਾਂ ਔਰ ਕਿਉਂ ਜਾਂਦੇ ਪਏ ਨਾਲ ਇਹ ਵੀ ਦੱਸਾਂਗੇ। ਯੇ ਲੈ ਬਾਈ ਖੁੱਲ੍ਹੇ ਨਹੀਂ ਹੈ, ਚਲੀਏ ਜੀ, ਆ ਜਾਓ ਆ ਜਾਓ ਆ ਜਾਓ ਜੀ, ਮੈਂ ਕਿਵੇਂ ਪੜਾ ਕਲੀਆਂ ਜਿਹੀਆਂ ਲੱਗੀਆਂ ਨੇ, ਮੈਨੂੰ ਵੇਂਦਾ ਪਿਆ। ਚਲ ਆ ਜਾਓ, ਚੁੱਕੋ 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 ਨਿਕਲੀਏ। ਬੱਚਿਆਂ ਕਾਰਨ ਜੀ ਫਰੂਟ ਵੀ ਲੈ ਲਿਆ ਵਾ। ਸਾਰੇ ਮੇਰੇ ਕੋਲ ਪੁੱਛਦੇ ਸੀ ਅਤੇ ਇੱਕ ਦੀਪਾਲਪੁਰ ਤੋਂ ਫੈਮਿਲੀ ਤੁਹਾਡੇ ਕੋਲ ਆਉਂਦੀ ਹੁੰਦੀ ਸੀ ਅਤੇ ਉਹ ਹੁਣ ਤੁਹਾਡੇ ਕੋਲ ਕਿਉਂ ਨਹੀਂ ਆਉਂਦੀ, ਤੁਸੀਂ ਉਹਦੇ ਕੋਲ ਕਿਉਂ ਨਹੀਂ ਜਾਂਦੇ? ਇਹ ਹੈ ਜੀ ਉਹ ਸਾਹਮਣੇ ਫੈਮਿਲੀ ਖਲੋਤੀ ਹੋਈ। ਅਸਲਾਮ ਵਾਲੇਕੁਮ, ਇੱਧਰ ਉੱਧਰ ਹੋਰ ਜੀ ਅਲਹਮਦੁਲਿਲਾ, ਤੁਸੀਂ ਆਪਣੇ ਸੁਣਾਓ? ਚਲੋ ਹੋਰ ਸਾਰੀ ਖੈਰ ਖਰੀਅਤ ਹੈ। ਇਹ ਹੁਣ ਇੰਝ ਜਾਣਾ ਕਿਤੇ ਹੋਰ ਦੇ? ਅੱਛਾ ਇੰਝ ਜਾਣਾ, ਚਲੋ ਆਓ, ਮੋਟਰਸਾਈਕਲ ਦੀ ਆਵਾਜ਼ ਸੁਣੀ ਹੈ। ਅੱਛਾ ਚਲੋ ਚਲੀਏ। ਅਸਲਾਮ ਵਾਲੇਕੁਮ ਬਾਬੀ, ਕੀ ਹਾਲ ਨੇ? ਅੱਲਾਹ ਦਾ ਸ਼ੁਕਰ ਠੀਕ ਠਾਕ ਤੰਦਰੁਸਤ। ਅਸੀਂ ਵੇਖ ਲਓ ਆਪਣਾ ਮਹਿਮਾਨ ਖੁਦ ਵੀ ਖਾਂਦੇ ਫਿਰਨੇ ਆ, ਤੁਸੀਂ ਜ਼ਿਆਦਤੀ ਕਰਦੇ ਹੋ, ਬਾਕੀ ਗੱਲਾਂ ਬਹਿ ਕੇ ਕਰਨੇ ਆ। ਹਾਂਜੀ ਹੋਰ ਮਾਂ ਜੀ ਸੁਣਾਓ, ਕੀ ਹਾਲ ਨੇ? ਠੀਕ ਠਾਕ ਹੋ ਜੀ? ਹਾਦੀ ਸਾਹਿਬ ਵਾਵਾ ਦਿਨ ਹੋ ਗਏ ਨਾ, ਸਾਲ ਹੀ ਹੋ ਗਿਆ ਮੱਥੇ ਲੱਗਿਆ ਨੂੰ। ਸ਼ਾਮ ਤੱਕ ਬੁਰ ਵੀ ਸਾਰੇ ਪੇਕੇ ਵੀ ਆ ਗਏ, ਅਸੀਂ ਆਖਦੇ ਹਾਂ ਅੱਜ ਅਸੀਂ ਲੱਭੀ ਜਾਣਾ। ਸਾਰਾ ਸਮਾਨ ਸ਼ਿਫਟ ਕਰਦੇ ਪਏ ਨੇ ਔਰ ਹਾਲੇ ਇਹ ਵੀ ਸਾਰਾ ਕਚਰਾ ਮਚਰਾ ਜਿਹੜਾ ਸਾਫ਼ ਸੂਫ ਕਰਨਗੇ ਕਿਉਂਕਿ ਰੈਸ਼ ਵਾਸਤੇ ਨਾ ਘਰ ਖਾਲੀ ਪਿਆ ਹੋਇਆ ਸੀ ਅਤੇ ਇੱਥੇ ਕੋਈ ਵੀ ਨਹੀਂ ਸੀ ਹੈ ਅਤੇ ਇਹ ਜਗ੍ਹਾ ਵੀ ਸਾਫ਼ ਸੂਫ ਕਰਨਗੇ, ਚਾਹੇ ਇਹ ਥ
ਸਾਫ਼, ਔਰ ਬਾਕੀ ਸਾਰਾ ਮਤਲਬ ਘਰ ਸ਼ਰ ਹਾਲੇ ਜਿਹੜਾ ਨਾ ਸਿੱਧਾ ਪੱਧਰਾ ਕਰਦੇ ਪਏ ਨੇ ਉਹ ਮਿੱਟੀ ਇੱਕੋ ਜਿਹੀ ਕਰਨਗੇ। ਚਲੋ।
ਆ ਜਾਣਾ। ਅਗਰ ਅਸਮਾਨ ਬਈ ਸਜਾ ਜੋੜਨਾ ਤਾਂ ਮੈਨੂੰ ਸਾਧ ਲਿਆ ਕਰੋ, ਮੈਂ ਨਜ਼ਰ ਹੀ ਮਾਰੀਏ ਤੇ ਮੈਂ ਕਿਤੇ ਪੂਰੀ ਆ ਜਾਣੀ। ਹਾਂਜੀ ਕਿੱਧਰ ਆਇਆ ਹੋਇਆ, ਘਰ ਨਹੀਂ ਬੈਠਾ ਜਾਂਦਾ ਤੇਰੇ ਕੋਲ? ਹੈ ਘਰ ਨਹੀਂ ਬੈਠਾ ਜਾਂਦਾ ਤੂੰ? ਹਰ ਦੂਸਰੇ ਦਿਨ ਬਾਅਦ ਨਿਕਲ ਲੈਣਾ ਸੈਰ ਤੇ, ਹਰ ਦੂਸਰੇ ਦਿਨ ਬਾਅਦ ਸੈਰ ਕਰਨ ਲੱਗ ਪੈਂਦਾ, ਕੀ ਕਰਦਾ ਪਿਆ? ਵੇਂਦਾ ਪਿਆ ਜਗ੍ਹਾ ਕਿਹੜੀ ਤੇ ਆ ਗਿਆ? ਆਏ ਹੋਏ ਤੇ ਅਸੀਂ ਕਾਫੀ ਦੇਰ ਦੇ ਹਾਂ ਜੀ, ਔਰ ਬਾਈ ਹੋਰੀ ਲੱਗੇ ਹੋਏ ਸੀ ਨਾ ਆਪ ਦੀਆਂ ਸੈਟਿੰਗਾਂ ਤੇ, ਕਿਉਂਕਿ ਅੱਜ ਹੀ ਇਸ ਘਰ 'ਚ ਸ਼ਿਫਟ ਹੁੰਦੇ ਪਏ ਨਾ, ਤੇ ਸਮਾਨ ਵਗੈਰਾ ਵੀ ਸਾਰਾ ਹਾਲੇ ਤੀਕਰ ਇੱਧਰ ਸ਼ਿਫਟ ਕਰਦੇ ਪਏ ਸੀ, ਔਰ ਉਸ ਤੋਂ ਇਲਾਵਾ ਸਾਫ਼ ਸਫਾਈਆਂ ਦਾ ਕੰਮ ਵੀ ਜਿਹੜਾ ਨਾ ਉਹ ਵੀ ਚੱਲਦਾ ਪਿਆ ਸੀ। ਅਤੇ ਹੁਣ ਕੋਈ ਤੁਹਾਨੂੰ ਨਾ 10 ਮਿੰਟ ਫ੍ਰੀ ਹੋਏ ਹਾਂ ਅਤੇ ਅਸੀਂ ਬੈਠੇ ਹਾਂ, ਗੱਪਾਂ ਸ਼ੱਪਾਂ ਮਾਰੀਆਂ ਨੇ, ਮੈਂ ਕਿਹਾ ਉਹ ਗੱਪਾਂ ਜਿਹੜੀਆਂ ਨਾ ਤੁਹਾਡੇ ਨਾਲ ਵੀ ਸ਼ੇਅਰ ਕਰਨੇ ਆ ਕਿ ਅਸੀਂ ਇੱਕ ਤਾਂ ਅੱਜ ਸਾਲ ਡੇਢ ਸਾਲ ਹੋ ਗਿਆ ਪਿਛਲੀ ਮਿਲਾਦ ਤੇ ਤੁਸੀਂ ਗਏ ਮਹਿਫਲ ਤੇ ਗਏ ਸੀ ਮੇਰੇ ਕੋਲ, ਤੇ ਮਹਿਫਲ ਹੁਣ ਅੱਗੇ ਆਈ ਖਲੋਤੀ ਇਸੇ ਮਹੀਨੇ 'ਚ 28 ਤਰੀਕ ਨੂੰ ਆਪਣੀ ਮਹਿਫਲ ਹੈ, ਇਹ ਕਿਉਂ ਨਹੀਂ ਮੇਰੇ ਕੋਲ ਗਏ ਔਰ ਮੈਂ ਇਹਨਾਂ ਕੋਲ ਕਿਉਂ ਨਹੀਂ ਆਇਆ ਉਸ ਸਾਲ ਦੇ ਅੰਦਰ, ਇਹ ਜਿਹੜਾ ਨਾ ਕਾਫੀ ਜ਼ਿਆਦਾ ਸਵਾਲ ਸੀ। ਹਾਲੇ ਅੱਜ ਦਾ ਵੀ ਤਾਜ਼ਾ ਤਰੀਨ ਸਵਾਲ ਵੀ ਮੇਰੇ ਕੋਲ ਆਇਆ ਹੋਇਆ, ਮਤਲਬ ਅੱਜ ਦਾ ਕਮੈਂਟ ਵੀ ਆਇਆ ਹੋਇਆ। ਬਾਜੀ ਆਏ ਹੋਏ ਸੀ ਸਾਡੇ ਕੋਲ ਫੈਸਲਾਬਾਦ ਵਾਲੇ ਕੱਲ੍ਹ ਦੇ, ਅਤੇ ਉਹਨਾਂ ਨੇ ਆਖਿਆ ਵੀ ਸ਼ਹਿਜ਼ਾਦਪੁਰਾ ਕੋਲ ਨਾ ਜਾਣਾ ਹੈ, ਮੈਂ ਕਿਹਾ ਪ੍ਰੋਗਰਾਮ ਤਾਂ ਸਾਡਾ ਵੀ ਬਣਿਆ ਹੋਇਆ ਉਹਨਾਂ ਕੋਲ ਜਾਣ ਦਾ, ਅਸੀਂ ਵੀ ਚਾਹ ਰਹੇ ਸੀ ਕਿ ਜਾਈਏ, ਲੇਕਿਨ ਮੈਂ ਸੋਚਦਾ ਪਿਆ ਸੀ ਕਿ ਹਫ਼ਤਾ ਇਤਵਾਰ ਆਉਂਦਾ ਫਿਰ ਜਾਂਦੇ ਤਾਂ ਕਿ ਬੱਚਿਆਂ ਨੂੰ ਜਿਹੜਾ ਨਾ ਛੁੱਟੀਆਂ ਹੋ ਜਾਣਗੀਆਂ, ਹਫ਼ਤਾ ਇਤਵਾਰ ਛੁੱਟੀਆਂ 2 ਹੁੰਦੀਆਂ ਨੇ, ਅਤੇ ਮੈਂ ਕਿਹਾ ਉਹਨਾਂ ਦਿਨਾਂ 'ਚ ਨਾ ਚਲੋ ਪੂਰੀ ਫੈਮਿਲੀ ਜਾਵਾਂਗੇ, ਪਿੱਛੋਂ ਟੈਨਸ਼ਨ ਨਹੀਂ ਹੋਏਗੀ ਘਰ ਕੋਈ ਬੱਚਾ ਇਕੱਲਾ, ਲੇਟ ਆਈਏ ਸਵੇਲੇ ਆਈਏ ਪਹਿਲੇ ਆਈਏ ਫਿਰ ਟੈਨਸ਼ਨ ਨਹੀਂ ਹੁੰਦੀ, ਬੱਚੇ ਘਰ ਹੋਵਣ ਨਾ, ਅਤੇ ਉਹ ਹੁਣ ਅਲੱਗ ਇੱਥੇ ਬੈਠੇ ਹਾਂ, ਦਿਨ ਦਾ ਟਾਈਮ ਹੈ, ਹਾਲੇ ਵੀ ਟੈਨਸ਼ਨ ਨਹੀਂ, ਪਤਾ ਨਹੀਂ ਕੀ ਕਰਦੇ ਪਏ ਹੋਣਗੇ। ਇਸ ਤਰ੍ਹਾਂ ਦੀ ਜਿਹੜੀ ਹੈ ਨਾ ਪ੍ਰੋਬਲਮ ਉਹ ਫੇਸ ਕਰਨੀ ਪੈਂਦੀ ਜਦੋਂ ਬੱਚੇ ਘਰ ਹੋਵਣ, ਤੋ ਸਿਰਫ ਮਸਰੂਫੀਅਤ ਇਹਨਾਂ ਦੀ ਆਪਣੀ ਮਸਰੂਫੀਅਤ ਵੀ ਰਹਿ ਗਈ, ਇਹ ਵੀ ਨਹੀਂ ਆ ਸਕੇ, ਤੁਹਾਨੂੰ ਪਤਾ ਹੀ ਸੀ ਇਹਨਾਂ ਨੇ ਪਿਛਲੇ ਰੀਸੈਂਟਲੀ ਸਾਲ ਹੀ ਹੋਇਆ ਘਰ ਬਣਾਏ ਨੂੰ, ਅਤੇ ਸਾਰਾ ਸਾਲ ਇਹਨਾਂ ਦਾ ਮਤਲਬ ਉਹ ਕਰਦੇ ਹੀ ਰਹੇ ਨੇ ਕਿ ਇੱਕ ਕਮਰਾ ਬਣਾ ਫਿਰ ਦੂਸਰਾ ਬਣਾ ਫਿਰ ਨਾਲ ਕਿਚਨ ਬਣਾ ਫਿਰ ਉਹ ਮੁਰਗੀਆਂ ਦਾ ਬਣਾ ਫਿਰ ਕਿਚਨ ਫਿਰ ਅੱਗੇ ਗਾਰਡਨ ਫਿਰ ਸਾਰਾ ਕੰਮ ਜਿਹੜਾ ਨਾ ਰੋਜ਼ਾਨਾ ਹੀ ਕੋਈ ਨਾ ਕੋਈ ਛੇੜਿਆ ਹੋਇਆ ਹੁੰਦਾ ਸੀ, ਔਰ ਇਹ ਲੱਗੇ ਹੀ ਰਹੇ ਨੇ ਪੂਰਾ ਸਾਲ, ਅਤੇ ਫਿਰ ਇਹਨਾਂ ਦਾ ਟਾਈਮ ਕੋਈ ਨਹੀਂ ਬਣਿਆ, ਔਰ ਮੇਰਾ ਵੀ ਆਪਣਾ ਟਾਈਮ ਨਹੀਂ ਬਣਿਆ, ਤੁਹਾਨੂੰ ਪਤਾ ਹੀ ਹੈ ਪਿੱਛੇ ਮੇਰਾ ਵੀ ਕੰਮ ਸ਼ਾਮ ਜਿਹੜਾ ਨਾ ਚੱਲਦਾ ਪਿਆ ਸੀ, ਬਾਹਰ ਵੀ ਮੈਂ ਲੱਗਾ ਹੋਇਆ ਸੀ ਪਲਾਟ ਸਲਾਟ 'ਤੇ ਬਣਾਉਣ 'ਤੇ, ਅਤੇ ਇਹ ਸਾਰੀ ਰੀਜ਼ਨਾਂ ਸਰ ਤੁਹਾਨੂੰ ਭੈਣ ਭਾਈਆਂ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਨ੍ਹਾਂ ਨੇ ਸਾਨੂੰ ਮਿਸ ਕੀਤਾ, ਤੁਹਾਡੇ ਚੈਨਲ 'ਤੇ ਡੇਲੀ ਯਾਦ ਕਰਦੇ ਸਰ ਜਾਂ ਕਦੀ ਕਦਾਰ ਕਰਦੇ ਸਨ, ਲੇਕਿਨ ਯਾਦ ਤਾਂ ਸਾਨੂੰ ਰੱਖਿਆ ਨਾ। ਹਾਂਜੀ ਬਿਲਕੁਲ, ਅਤੇ ਉਹ ਹਾਲੇ ਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ ਅਤੇ ਮੈਂ ਭਾਈ ਸਾਹਿਬ ਤੁਹਾਨੂੰ ਕਹਿੰਦਾ ਸੀ ਵੀ ਤੁਸੀਂ ਮੇਰੇ ਕੋਲ ਆ ਜਾਓ, ਇਹ ਰਮਜ਼ਾਨ ਦਾ ਮੈਨੂੰ ਕਹਿ ਰਹੇ ਨੇ ਵੈਸੇ, ਰਮਜ਼ਾਨ ਦਾ ਕਿ ਤੁਸੀਂ ਆ ਜਾਓ ਇਫਤਾਰੀ ਤੁਹਾਡੀ ਬਣਾਉਂਦੇ ਹਾਂ, ਫਿਰ ਅੱਗੇ ਸ਼ਵਾਲ ਦੇ ਚੰਨ 'ਚ ਫਿਰ ਈਦ 'ਚ, ਹੁਣ ਮੁਹਰਮ 'ਤੇ ਸਫ਼ਰ ਵੀ ਗੁਜ਼ਰ ਗਿਆ, ਮੈਂ ਤਾਂ ਕਹਿੰਦਾ ਰਿਹਾ ਵੀ ਤੁਸੀਂ ਆ ਜਾਓ, ਅਗਰ ਮੇਰੇ ਕੋਲ ਟਾਈਮ ਨਹੀਂ ਤਾਂ ਤੁਸੀਂ ਮੇਰੇ ਕੋਲ ਆ ਜਾਓ, ਹਾਲੇ ਕਿ ਸਫ਼ਰ ਸਾਡਾ ਇੰਨਾ ਜ਼ਿਆਦਾ ਨਹੀਂ ਹੈ, ਨਜ਼ਦੀਕ ਹੈ, ਨਜ਼ਦੀਕ ਤਾਂ ਹੀ ਹੈ, ਅਗਰ ਬਾਈਕ ਟਾਈਮ ਮੇਰੇ ਖਿਆਲ 1.5 ਘੰਟਾ ਲੱਗਦਾ ਵਾ, ਹਾਂ ਇੰਨਾ 1.5 ਘੰਟਾ ਲੱਗ ਜਾਏਗਾ ਸਰ, ਬਸ ਉਹ ਇਹ ਵੀ ਫਿਰ ਮਸਰੂਫ ਰਹਿੰਦੇ ਸਨ, ਕੋਈ ਨਾ ਕੋਈ ਕੰਮ ਨਿਕਲ ਆਉਂਦਾ, ਹਾਂਜੀ ਅਸੀਂ ਤਾਂ ਫਿਰ 12 ਮਹੀਨੇ 30 ਦਿਨ ਮਸਰੂਫ ਹੀ ਰਹਿੰਦੇ ਹਾਂ, ਕਿਉਂਕਿ ਵਲੌਗ ਬਣਾਉਣਾ ਤੁਹਾਨੂੰ ਪਤਾ ਬੜਾ ਜ਼ਰੂਰੀ ਹੁੰਦਾ ਵਾ, ਕੋਈ ਨਾ ਕੋਈ ਕੰਮ ਛੇੜਨਾ ਵੀ ਜ਼ਰੂਰੀ ਹੁੰਦਾ, ਹਾਂਜੀ ਤਾਂ ਕਿ ਜਿਹੜੇ ਸਾਡੇ ਬਹਿਣ ਭਾਈ ਹੈ ਨਾ ਜਿਹੜੇ ਦੇਸ਼ ਪ੍ਰਦੇਸ਼, ਉਹਨਾਂ ਨੂੰ ਇੰਟਰਟੇਨਮੈਂਟ ਕਰ ਸਕੀਏ, ਔਰ ਉਹ ਵਲੌਗ ਇੱਕ ਅੱਛਾ ਫਰੈਸ਼ ਵਲੌਗ ਹੋਣ ਵਾਸਤੇ, ਤਾਂ ਕਿ ਉਹ ਆਪਣਾ ਮਾਇੰਡ ਫਰੈਸ਼ ਕਰ ਸਕਣ, ਜੋ ਮਤਲਬ ਕਿ ਸ਼ਾਮ ਨੂੰ ਕੰਮ ਤੋਂ ਥੱਕੇ ਆਉਂਦੇ ਸਨ ਨਾ ਵਲੌਗ ਦੇਖਣ ਤਾਂ ਫਰੈਸ਼ ਫੀਲ ਕਰਨ, ਚਲੋ ਯਾਰ ਅਸੀਂ ਆਪਣੇ ਪਾਕਿਸਤਾਨ ਦਾ ਕੋਈ ਕਲਚਰ ਦੇਖ ਰਹੇ ਹਾਂ ਬਿਲਕੁਲ, ਇਹ ਬਸ ਕੋਸ਼ਿਸ਼ ਹੁੰਦੀ ਸੀ ਸਾਡਾ, ਵਿਖਾਉਣ ਦਾ ਮਕਸਦ ਵੀ ਇਹ ਹੁੰਦਾ ਔਰ ਉਹਨਾਂ ਦਾ ਵੇਖਣ ਦਾ ਮਕਸਦ ਵੀ ਇਹੀ ਹੁੰਦਾ। ਜੇ ਅਸੀਂ ਬਾਹਰ ਬੈਠੇ ਹੋਏ ਸੀ ਗੱਲਾਂ ਗੁੱਲਾਂ ਕਰਦੇ ਪਏ ਸੀ, ਔਰ ਲੇਡੀਜ਼ ਸਾਡੀਆਂ ਜਿਹੜੇ ਹਨ ਜੀ ਉਹ ਅੰਦਰ ਸੁੱਤੇ ਹੋਏ ਨੇ, ਚੈੱਕ ਕਰੋ ਜੀ। ਹਾਂਜੀ ਠੀਕ ਹੈ ਜੀ, ਅੰਦਰ ਦਾ ਮਾਹੌਲ ਹਾਂ ਅੰਦਰ ਜੀ ਪੱਖਾ ਸ਼ੱਖਾ ਚੱਲਦਾ ਪਿਆ ਨਾ, ਅੰਦਰ ਦਾ ਮਾਹੌਲ ਠੀਕ ਹੈ, ਲੇਕਿਨ ਗਰਮ ਹੈ ਕਮਰਾ, ਇੰਨਾ ਠੰਡਾ ਨਹੀਂ ਹੈ ਕਿਉਂਕਿ ਬਿਲਕੁਲ ਨਾ ਫਰੰਟ 'ਤੇ ਧੁੱਪ ਹੈ ਨਾ, ਔਰ ਅੱਗੇ ਬਰਾਮਦਾ ਸ਼ਰਾਮਦਾ ਕੋਈ ਨਹੀਂ ਹੈ, ਅਤੇ ਇਸ ਵਜ੍ਹਾ ਤੋਂ ਨਾ ਧੁੱਪ ਦਾ ਮਤਲਬ ਅਸਰ ਜਿਹੜਾ ਨਾ ਉਹ ਅੰਦਰ ਆ ਰਿਹਾ, ਲੇਕਿਨ ਇੱਕ ਬਾਹਰ ਦੀ ਨਿਸਬਤ ਪੱਖੇ ਦੀ ਵਜ੍ਹਾ ਤੋਂ ਨਾ ਠੀਕ ਹੈ ਮੌਸਮ ਹੈ ਨਾ, ਔਰ ਇੱਧਰ ਵੀ ਮਾਸ਼ਾਅੱਲਾ ਠੀਕ ਸੌਂ ਰਿਹਾ ਹੁਣ,
ਥੱਕ ਜਾਂਦਾ ਨਾ ਮੋਟਰਸਾਈਕਲ ਤੇ, ਇਸ ਵਾਸਤੇ ਨਾ ਮੈਂ ਤੁਹਾਡੇ ਸਵਾਹ ਇੱਦਾਂ ਮੈਂ ਜਿਹੜੇ 2 ਘੰਟੇ ਇੱਥੇ ਆ ਨਾ ਇਹ ਫਰੈਸ਼ ਹੋ ਗਿਆ ਸੀ। ਹਾਂਜੀ। ਅਤੇ ਫਿਰ ਪਿੱਛੇ ਵਾਪਸ ਜਾਣਾ ਮੈਂ ਫਿਰ ਆਸਾਨੀ ਹੋ ਜਾਵੇਗੀ, ਅਗਰ ਮੈਨੂੰ ਚੁੱਕੀ ਰੱਖਾਂਗਾ ਨਾ ਤਾਂ ਫਿਰ ਜਿਹੜਾ ਰਾਤ ਨੂੰ ਕਾਫੀ ਤੰਗ ਕਰਦਾ ਹੈ। ਤੰਗ ਕਰਦਾ ਲਾਦ ਬਾਈ ਨੇ ਨਾ ਘਰ ਜਿਹੜਾ ਨਾ ਇੱਕ ਅਲੱਗ ਬਣਾਉਣਾ, ਉਹ ਮੇਰੇ ਨਾਲ ਉਹਦੀ ਡਿਸਕਸ਼ਨ ਹੋਈ ਹੈ ਕਿ ਮੈਂ ਨਾ ਅਲੱਗ ਬਣਾਉਣਾ ਵਾਂ, ਲੇਕਿਨ ਇਹ ਵਾਲਾ ਜਿਹੜਾ ਘਰ ਹੈ ਨਾ ਸਿਰਫ ਅਰਜ਼ੀ ਤੌਰ 'ਤੇ, ਮੈਂ 2-4 ਦਿਨ ਜਾਂ ਹਫ਼ਤਾ ਮੈਨੂੰ ਲੱਗ ਜਾਵੇ ਨਾ ਅਤੇ ਉਹ ਫਿਰ ਮੈਂ ਤਾਂ ਲਿਆ ਕਿ ਹਫ਼ਤਾ ਇੱਕ ਮੈਂ ਇੱਥੇ ਜਿਹੜਾ ਨਾ ਸਟੇਅ ਕਰ ਸਕਾਂ। ਅਤੇ ਉੱਧਰ ਵਾਲਾ ਜਿਹੜਾ ਇਹਨਾਂ ਦਾ ਦੂਸਰਾ ਘਰ ਹੈ ਨਾ ਉਹ ਹੈਗਾ ਥੋੜ੍ਹਾ ਜਿਹਾ ਛੋਟਾ ਔਰ ਫੈਮਿਲੀ 'ਚ ਮਾਸ਼ਾਅੱਲਾ ਵਾਹ ਵਾਹ ਵੱਡੀ ਹੈ, ਅਤੇ ਇਸ ਵਜ੍ਹਾ ਤੋਂ ਨਾ ਇਹਨਾਂ ਨੂੰ ਮਤਲਬ ਉੱਥੇ ਰਹਿਣਾ ਜਿਹੜਾ ਨਾ ਥੋੜ੍ਹਾ ਜਿਹਾ ਮਤਲਬ ਪਰੇਸ਼ਾਨੀ ਹੋ ਜਾਂਦੀ ਹੈ ਥੋੜ੍ਹੀ ਜਿਹੀ ਰਹਿਣੀ, ਕਿਉਂਕਿ ਫੈਮਿਲੀ ਕਾਫੀ ਵੱਡੀ ਹੈ ਅਤੇ ਫਿਰ ਵਲੌਗ ਬਣਾਉਣਾ ਵੀ ਜਿਹੜਾ ਨਾ ਮੁਸ਼ਕਲ ਹੋ ਜਾਂਦਾ। ਅਤੇ ਅਸੀਂ ਜਿਹੜੀ ਇਹਨਾਂ ਲੁੱਕ ਹਾਲੇ ਉਹ ਮਿੱਟੀ ਕਾਫੀ ਸਾਰੀ ਪਈ ਹੋਈ ਹੈ ਮੇਰੇ ਖਿਆਲ, ਇੱਥੇ ਹੀ ਪਈ ਰਹਿਣ ਦੇਣਗੇ, ਇਹ ਨਹੀਂ ਚੁੱਕਣਗੇ ਨਾ, ਵੀ ਇਹਨਾਂ ਨੂੰ ਚੁੱਕਣ ਦੀ ਜ਼ਰੂਰਤ ਕੋਈ ਨਹੀਂ, ਇਹਨਾਂ 5-7 ਦਿਨ ਰਹਿਣਾ ਅਤੇ ਇਹ ਉਹਨਾਂ ਦੀ ਮਿੱਟੀ ਮਤਲਬ ਪਈ ਰਹਿ ਗਈ ਹੈ। ਇਹਨਾਂ ਥੋੜ੍ਹਾ ਬਹੁਤ ਜਿਹੜਾ ਨਾ ਸਾਫ਼ ਸਫਾਈ ਕਰਕੇ 2-4 ਦਿਨ ਕੱਢਣੇ ਨੇ, ਕਮਰਾ ਜਿਹੜਾ ਨਾ ਅੰਦਰੋਂ ਸਾਫ਼ ਸੁਫ਼ ਕੀਤਾ ਵਾ ਸਾਰਾ ਇਹਨਾਂ ਨੇ, ਹੁਣ ਚਾਰਪਾਈਆਂ ਵਗੈਰਾ ਲਾਈਆਂ ਨੇ, ਇਹ ਸਾਡੇ ਹੁੰਦਿਆਂ ਹੀ ਉਹਨਾਂ ਨੇ ਮਤਲਬ ਇਹਨਾਂ ਸਾਰੀ ਸਫਾਈ ਕੀਤੀ ਹੈ, ਸੁਬਹਾ ਦੇ ਲੱਗੇ ਹੋਏ ਨੇ। ਅਤੇ ਇੱਧਰ ਮੇਰੇ ਖਿਆਲ ਆ ਕੋਈ ਕਿਚਨ ਬਣਿਆ ਹੋਇਆ, ਇਹ ਹੈ ਕਿ ਖੁੱਡਾ ਕਬੂਤਰਾ ਸ਼ਬੂਤਰਾ ਵਾਲਾ ਹੈ, ਮੇਰੇ ਖਿਆਲ ਕਬੂਤਰ ਹੀ ਹੈਗੇ ਨੇ ਇੱਧਰੋਂ ਜਿਹੜਾ ਨਾ ਨਜ਼ਰ ਆ ਰਹੇ ਨੇ, ਉੱਧਰ ਫਲ ਹੈ ਇੱਧਰੋਂ ਜਿਹੜੇ ਇਹਨਾਂ ਜੀ ਨਜ਼ਰ ਆ ਰਹੇ ਨੇ ਕਬੂਤਰ, ਨੱਸ ਗਿਆ ਪਰਾ ਕਬੂਤਰ, ਬਿਲਕੁਲ ਨਾ ਜਾਲੀ ਦੇ ਕੋਲ ਖਲੋਤਾ ਸੀ ਲੇਕਿਨ ਨਾ ਪਰਾ ਨੱਸ ਗਿਆ, ਇਹ ਜਿਹੜੇ ਨਾ ਪਰ ਸ਼ਰ ਪਏ ਹੋਏ ਨੇ। ਅਤੇ ਇੱਥੇ ਵੈਸੇ ਚੁੱਲ੍ਹਾ ਛੁੱਲ੍ਹਾ ਬਣ ਸਕਦਾ ਲੇਕਿਨ ਨਾਲ ਜਿਹੜਾ ਨਾ ਕਬੂਤਰਾਂ ਦਾ ਖੁੱਡਾ ਹੈ ਨਾ, ਇਸ ਵਜ੍ਹਾ ਤੋਂ ਇੱਥੇ ਇਹਨਾਂ ਨੂੰ ਸੂਟੇਬਲ ਜਿਹੜਾ ਨਾ ਚੁੱਲ੍ਹਾ ਨਹੀਂ ਰਹਿਣਾ, ਇਹ ਚੁੱਲ੍ਹਾ ਅਗਰ ਬਣਾਉਣਗੇ ਵੀ ਨਾ ਤਾਂ ਇੱਧਰ ਸ਼ਾਇਦ ਕੋਈ ਲੰਬੀ ਛੁੰਬੀ ਇਸਤੇਮਾਲ ਕਰਨਗੇ 2-4 ਦਿਨ, ਇੰਨਾ ਦਿਨ ਨਹੀਂ ਰਹਿਣਾ ਉਹਨਾਂ ਨੇ ਇੱਥੇ, ਤੂੰ ਲੰਬੀ ਛੁੰਬੀ ਹੋ ਕੇ ਕਹਿ ਰਿਹਾ ਸੀ ਕਿ ਅਰਜ਼ੀ ਤੌਰ 'ਤੇ ਜਿਹੜਾ ਨਾ ਲੰਬੀ ਛੁੰਬੀ ਇਸਤੇਮਾਲ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਚਲੇ ਜਾਵਾਂਗੇ। ਮੈਂ ਕੀ ਕਹਿ ਰਿਹਾ ਸੀ ਕਿ ਇਹ ਸਫਾਈ ਸਫੂਈ ਕਰਨਗੇ, ਲੇਕਿਨ ਉਹ ਕਹਿ ਰਹੇ ਨੇ ਕਿ ਨਹੀਂ ਅਸੀਂ ਕੋਈ ਕੋਈ ਨਹੀਂ ਸਾਰਾ ਖਿਲਾਰਾ ਕਰਨਾ, ਕਿਉਂਕਿ ਅਸੀਂ ਤਾਂ ਸਿਰਫ 2-4 ਦਿਨ 5 ਦਿਨ ਜਿੰਨੀ ਦੇਰ ਸਾਡੀ ਉੱਧਰ ਗੱਲ ਨਹੀਂ ਹੁੰਦੀ, ਜਿੱਥੇ ਅਸੀਂ ਜਾਣਾ ਹੈ ਨਾ ਉੱਥੇ ਸਾਡੀ ਫਾਈਨਲ ਹੋ ਜਾਵੇ ਨਾ ਅਤੇ ਫਿਰ ਅਸੀਂ ਜਿਹੜਾ ਨਾ ਉੱਥੇ ਜਾਵੀਏ, ਵੀ ਤਾਂ ਕਿ ਇੱਕੋ ਵਾਰੀ ਜਿਹੜਾ ਨਾ ਬੰਦਾ ਜਾ ਕੇ ਸ਼ਿਫਟ ਹੋਵੇ, ਇਹ ਨਾ ਹੋਵੇ ਕਿ ਹੁਣ ਜਾ ਕੇ ਜਲਦੀ ਜਲਦੀ ਸ਼ਿਫਟ ਹੋ ਜਾਈਏ ਔਰ ਉਸ ਤੋਂ ਬਾਅਦ ਫਿਰ ਸਾਨੂੰ ਤਕਲੀਫ ਹੋਵੇ 2 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ, ਅਤੇ ਪੱਕੀ ਗੱਲ ਕਰਕੇ ਨਾ ਫਿਰ ਜਾਵੇ ਤਾਂ ਕਿ ਅਗਲੇ 4-5 ਸਾਲ ਕੋਈ ਕਿਸੇ ਕਿਸਮ ਦੀ ਟੈਨਸ਼ਨ ਨਾ ਹੋਵੇ। ਜ਼ਿਆਦਾ ਤਰਜੀਹ ਤੋਂ ਇਸ ਗੱਲ ਨੂੰ ਦੇ ਰਿਹਾ ਵਾ, ਮੇਰੀ ਉਹਦੇ ਨਾਲ ਡਿਸਕਸ਼ਨ ਹੁੰਦੀ ਰਹੀ ਹੈ ਨਾ, ਉਹ ਕਹਿ ਰਿਹਾ ਕਿ ਮੈਂ ਜ਼ਿਆਦਾ ਇਹ ਕਹਿ ਰਿਹਾ ਕਿ ਮੈਂ ਅਗਰ ਆਪਣੀ ਲੈ ਕੇ ਅਤੇ ਆਪ ਬਣਾ ਕੇ ਪਵਾਂ ਨਾ ਤਾਂ ਉਹ ਸਭ ਤੋਂ ਬੈਸਟ ਹੈ, ਵੀ ਬਸ ਸਾਰੀ ਜ਼ਿੰਦਗੀ ਟੈਨਸ਼ਨ ਤਾਂ ਖਤਮ ਹੋਵੇ ਨਾ ਕਿ ਕਿਸੇ ਨੇ ਉਠਾਉਣਾ ਵੀ ਹੈ। ਅਤੇ ਵੈਸੇ ਤਕਲੀਫ ਹੋਈ ਹੈ ਸਾਨੂੰ ਵੀ ਕਿ ਨਾ ਅੱਛਾ ਕਿੰਨਾ ਖੂਬਸੂਰਤ ਘਰ ਬਣਾਇਆ ਹੋਇਆ ਸੀ, ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ ਜਾ ਕੇ ਦੂਸਰੇ ਵਲੌਗ ਦੇ ਵਿੱਚ, ਉਹ ਵਾਲਾ ਘਰ ਦੀ ਹੁਣ ਜਿਹੜੀ ਹੈ ਨਾ ਹਾਲਤ ਕੀ ਹੈ ਔਰ ਇਹਦੀ ਪੁਰਾਣੀ ਪਿਕਚਰ ਵੀ ਤੁਹਾਨੂੰ ਦਿਖਾਵਾਂਗੇ ਕਿ ਉਹ ਕਿਸ ਤਰ੍ਹਾਂ ਲੱਗਦਾ ਸੀ ਲੇਕਿਨ ਹੁਣ ਕਿਸ ਤਰ੍ਹਾਂ ਲੱਗਦਾ ਪਿਆ। ਇੱਥੇ ਆ ਕੇ ਅਤੇ ਫਿਰ ਇੱਕ 0 ਤੋਂ ਲੈ ਕੇ ਮਤਲਬ ਸਾਰਾ ਸਿਸਟਮ ਕਰਨਾ, ਫਿਰ ਘਰ ਦੀ ਸਾਰੀ ਸਫਾਈ ਸਫੂਈ, ਕਾਫੀ ਜ਼ਿਆਦਾ ਨਾ ਪਰੇਸ਼ਾਨੀ ਸੀ ਜਦੋਂ ਆਇਆ ਅਤੇ ਆਪ ਹੀ ਜਿਹੜੀ ਹੈ ਨਾ ਉਹ ਰੋਣ ਵੀ ਲੱਗ ਪਏ ਸੀ, ਅਤੇ ਮੈਂ ਕੋਈ ਟੈਨਸ਼ਨ ਟੁਨਸ਼ਨ ਲੈਣ ਦੀ ਜਿਹੜੀ ਇਹਨਾਂ ਦੀ ਜ਼ਰੂਰਤ ਕੋਈ ਨਹੀਂ ਹੈ। ਅੱਲਾਹ ਤਾਲਾ ਖੈਰ ਕਰੇਗਾ, ਮਿਹਨਤੀ ਜਿਹੜਾ ਬੰਦਾ ਹੋਵੇ ਨਾ ਉਹਨੂੰ ਕਿਸੇ ਕਿਸਮ ਦੀ ਕਮੀ ਕੋਈ ਨਹੀਂ ਹੁੰਦੀ, ਅੱਲਾਹ ਤਾਲਾ ਉਹਦੇ ਸਾਥ ਹੁੰਦਾ, ਮਿਹਨਤ ਕਰਨ ਵਾਲਾਂ ਦੀ ਮਿਹਨਤ ਅੱਲਾਹ ਤਾਲਾ ਜ਼ਾਇਆ ਨਹੀਂ ਕਰਦਾ। ਅਤੇ ਬਹਰਹਾਲ ਜੀ ਉਹ ਨਾ ਖਾਣਾ ਦਾਣੇ ਦਾ ਜਿਹੜਾ ਨਾ ਬੰਦੋਬਸਤ ਕਰਦੇ ਫਿਰਦੇ ਨੇ, ਅਸੀਂ ਤੁਹਾਨੂੰ ਆਖਿਆ ਵੀ ਕੋਈ ਨਹੀਂ ਅਸੀਂ ਥੋੜ੍ਹੀ ਦੇਰ ਤੁਹਾਡੇ ਕੋਲ ਬਹਿਣਾ ਤਾਂ ਨਿਕਲ ਜਾਣਾ ਵਾ, ਕਿਉਂਕਿ ਸਾਡੇ ਨਾਲ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਇੱਕ ਰਸਤੇ 'ਚ ਹੋਰ ਸਟੇਅ ਹੈ ਅਤੇ ਉਸ ਤੋਂ ਬਾਅਦ ਫਿਰ ਅਸੀਂ ਘਰ ਪਹੁੰਚਣਾ, ਅਤੇ ਚਲੋ ਥੋੜ੍ਹੇ ਜਿਹਾ ਨਾ ਜਲਦੀ ਨਿਕਲਣਾ। ਤਾਂ ਉਹ ਕਹਿੰਦੇ ਨਹੀਂ ਹੁਣ ਤੁਸੀਂ ਆਇਓ, ਦੁਪਹਿਰ ਦਾ ਟਾਈਮ ਖਾਣਾ ਤਾਂ ਖਾ ਕੇ ਜਾਓਗੇ, ਬਣਵਾਉਂਦੇ ਬਣਵਾਉਂਦੇ ਪੈਣੇ ਕਿਉਂ ਤੁਹਾਡੇ ਨਾਲ ਜਿਹੜਾ ਬਾਅਦ ਸ਼ੇਅਰ ਕਰਾਂਗੇ ਅਗਲੀ ਵਲੌਗ ਦੇ ਅੰਦਰ। ਇਸ ਵਲੌਗ ਤੋਂ ਅਸੀਂ ਤੁਹਾਡੇ ਕੋਲ ਲੈਣੇ ਆ ਜੀ ਇਜਾਜ਼ਤ, ਇਨਸ਼ਾਅੱਲਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ। ਉਦੋਂ ਤੀਕਰ ਸਭ ਤੋਂ ਸੈਨ ਉਦੋਂ ਦੀ ਪੂਰੀ ਫੈਮਿਲੀ ਨੂੰ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਪੰਡਾ ਬਨ ਬਨ ਪਿਆਰ, ਅੱਲਾ ਹਾਫਿਜ਼।